ਸਰਦਾਰ ਬੇਅੰਤ ਸਿੰਘ ਜੀ ਦੀ ਬਾਡੀ ਪਈ, ਸਾਰਾ ਕਾਂਗਰਸ ਅਤੇ ਪੰਜਾਬ ਦੇ ਲੋਕ ਰੋ ਰਹੇ ਆ, ਸ਼ਰਧਾ ਦੇ ਫੁੱਲ ਭੇਟ ਕਰ ਰਹੇ ਆ, ਅਤੇ ਦੂਜੇ ਪਾਸੇ ਉਹੀ ਪਾਰਟੀ ਉਹਨਾਂ ਦੀ ਕਾਂਗਰਸ ਪਾਰਟੀ ਉੱਧਰ ਸਾਜ਼ਿਸ਼ਾਂ ਬਣ ਰਹੀਆਂ। ਨਾਲ ਦੇ ਘਰ 'ਚ ਹਰਚਰਨ ਸਿੰਘ ਬਰਾੜ ਜਿਹੜੇ ਰੋਜ਼ ਸਰਦਾਰ ਬੇਅੰਤ ਸਿੰਘ ਦੇ ਨਾਲ ਸਵੇਰੇ ਸ਼ਾਮ ਹੁੰਦੇ ਸੀ, ਉਹਨਾਂ ਨੂੰ ਬੁਲਾ ਕੇ ਅਹੁਦਿਆਂ ਦੀਆਂ ਲਾਲਚ ਦੇ ਰਹੇ ਆ ਉਹਨਾਂ ਨੂੰ। ਉਦੋਂ ਸ਼ਾਇਦ ਸੰਸਕਾਰ ਹੋ ਗਿਆ ਸੀ ਜਾਂ ਹੋਣਾ ਸੀਗਾ ਜਾਂ ਅਗਲੇ ਦਿਨ ਉਹਨਾਂ ਨੇ ਕਿਹਾ ਕਿ ਜਿਹੜਾ ਖਾਲੀ ਕਰੋ ਘਰ, ਸੰਸਕਾਰ ਹੋ ਗਿਆ ਸੀ, ਭੋਗ ਪੈਣਾ ਸੀ। ਬਿੱਟੂ ਸਾਹਿਬ, ਇੱਕ ਕਿੱਸਾ ਤੁਸੀਂ ਮੈਨੂੰ ਦੱਸਿਆ ਸੀ ਕਿ ਜਦੋਂ ਤੁਹਾਡੇ ਦਾਦਾ ਜੀ ਦਾ ਦੇਹਾਂਤ ਹੋ ਜਾਂਦਾ, ਜਦੋਂ ਉਹ ਕਿੱਸੇ ਨੂੰ ਤੁਸੀਂ ਯਾਦ ਕਰਕੇ ਕਾਫੀ ਭਾਵੁਕ ਵੀ ਹੋਏ ਸੀ, ਔਰ ਤੁਸੀਂ ਦੱਸਿਆ ਕਿ ਕਿਵੇਂ ਮੁੱਖ ਮੰਤਰੀ ਨਿਵਾਸ ਤੋਂ ਤੁਹਾਡੇ ਪਰਿਵਾਰ ਨੂੰ ਕੱਢ ਦਿੱਤਾ ਜਾਂਦਾ। ਇੱਕ ਪਾਸੇ ਟੈਰਰਿਜ਼ਮ ਦਾ ਪੂਰਾ ਦੌਰ ਸੀ, ਟੈਰਰਿਜ਼ਮ ਦੇ ਦੌਰ ਦੇ ਵਿੱਚ ਉਹਨਾਂ ਦਾ ਕਤਲ ਹੋ ਜਾਂਦਾ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ, ਔਰ ਦੂਜੇ ਪਾਸੇ ਤੁਹਾਡੇ ਪਰਿਵਾਰ ਨੂੰ ਮੁੱਖ ਮੰਤਰੀ ਨਿਵਾਸ ਤੋਂ ਬਾਹਰ ਕੱਢ ਦਿੱਤਾ ਜਾਂਦਾ। ਬੜਾ ਬੜਾ ਕੁਛ ਦੇਖੋ, ਆ ਤੁਸੀਂ ਪੁਰਾਣੀ ਗੱਲ ਯਾਦ ਕਰਾਤੀ, ਬੜਾ ਕੁਛ। ਇਹ ਕਿਤੇ ਐਵੇਂ ਸੌਖਾ ਲੱਗਦਾ ਹੁੰਦਾ ਵੀ ਇਹ ਬੈਠੇ ਆ ਬੜੀਆਂ ਬੜੀਆਂ ਪੁਜੀਸ਼ਨਾਂ 'ਤੇ, ਇਹਦੇ 'ਚ ਜਿੰਨੀਆਂ ਪਿੱਛੇ ਤਕਲੀਫਾਂ ਹੁੰਦੀਆਂ ਉਹ ਵੀ ਜੇ ਤੁਹਾਨੂੰ ਮੈਂ ਦੱਸਾਂ ਉਹ ਸਹਿਣੀਆਂ ਬੜੀਆਂ ਔਖੀਆਂ। ਜਦੋਂ ਉੱਧਰ ਤਾਂ ਸਰਦਾਰ ਬੇਅੰਤ ਸਿੰਘ ਜੀ ਦੀ ਬਾਡੀ ਪਈ, ਸਾਰਾ ਕਾਂਗਰਸ ਅਤੇ ਪੰਜਾਬ ਦੇ ਲੋਕ ਰੋ ਰਹੇ ਆ, ਸ਼ਰਧਾ ਦੇ ਫੁੱਲ ਭੇਟ ਕਰ ਰਹੇ ਆ, ਅਤੇ ਦੂਜੇ ਪਾਸੇ ਉਹੀ ਪਾਰਟੀ ਉਹਨਾਂ ਦੀ ਕਾਂਗਰਸ ਪਾਰਟੀ ਉੱਧਰ ਸਾਜ਼ਿਸ਼ਾਂ ਬਣ ਰਹੀਆਂ। ਨਾਲ ਦੇ ਘਰ 'ਚ ਹਰਚਰਨ ਸਿੰਘ ਬਰਾੜ ਉਦੋਂ ਮੰਤਰੀ ਸੀ 2 ਨੰਬਰ ਦੇ, ਉਹ ਕਿਸ ਤਰੀਕੇ ਨਾਲ ਸਾਰੇ ਬੰਦਿਆਂ ਨੂੰ ਜਿਹੜੇ ਰੋਜ਼ ਸਰਦਾਰ ਬੇਅੰਤ ਸਿੰਘ ਦੇ ਨਾਲ ਸਵੇਰੇ ਸ਼ਾਮ ਹੁੰਦੇ ਸੀ, ਉਹਨਾਂ ਨੂੰ ਬੁਲਾ ਕੇ ਅਹੁਦਿਆਂ ਦੀਆਂ ਲਾਲਚ ਦੇ ਰਹੇ ਆ, ਉਹਨਾਂ ਨੂੰ ਕਹਿ ਰਹੇ ਆ ਵੀ ਮੈਨੂੰ ਇੱਕ ਵਾਰ ਬਸ CM ਬਣਨ ਦਿਓ, ਚਲੋ। ਉਦੋਂ ਬਾਅਦ ਕੀ ਹੁੰਦਾ, ਨਰਸਿਮਹਾ ਰਾਓ ਜੀ ਉਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਸੀ, ਉਹ ਆਉਂਦੇ ਆ ਅਤੇ ਉਹਨਾਂ ਨੇ ਕਿਹਾ ਵੀ ਇਸ ਵੇਲੇ ਮੇਰੇ ਕੋਲ ਜੋ ਰਿਪੋਰਟਸ ਨੇ ਵੀ ਉਹਨਾਂ ਨੂੰ ਅਸੈਸੀਨੇਸ਼ਨ ਹੋ ਗਿਆ, ਇੰਟਰਮ CM ਜਿਹੜੇ ਆ ਉਹ ਬਣਾ ਤੇ ਸੀਗੇ ਉਸ ਵੇਲੇ, ਬਰਾੜ ਸਾਹਿਬ ਪੱਕੇ ਨਹੀਂ ਸੀ, ਮਿਸਟਰ ਬਰਾੜ ਬਣਾ ਦਿੱਤੇ ਹਰਚਰਨ ਬਰਾੜ ਜੀ, ਇਹਨਾਂ ਦੇ ਪਰਿਵਾਰ ਤੇ ਘਰੇ ਬੈਠੇ ਆ। ਤੇ ਗੱਲ ਉਹਨਾਂ ਨੇ ਪ੍ਰਾਈਮ ਮਿਨਿਸਟਰ ਨੇ ਇਹ ਕਿਹਾ ਵੀ ਇਹਨਾਂ ਦਾ ਉਦੋਂ ਬਾਅਦ ਪਰਿਵਾਰ ਨੂੰ ਵੀ ਬਹੁਤ ਜ਼ਿਆਦਾ ਖਤਰਾ ਹੈ, ਇਹ ਹਾਲਾਤ ਨੇ ਸਾਰੇ ਐਕਸਪਲੇਨ ਕੀਤੇ ਵੀ ਇਹਨਾਂ ਦੇ ਕੋਈ ਕਮੀ ਨਾ। ਉਸ ਵੇਲੇ ਬਰਾੜ ਸਾਹਿਬ ਕਹਿਣ ਲੱਗੇ ਵੀ ਜੀ ਜਿਵੇਂ ਜੋ ਚੀਫ ਮਿਨਿਸਟਰ ਪਹਿਲਾਂ ਸੀ, ਜੋ ਦਾਦੀ ਜੀ ਬੈਠੇ ਆ, ਇਹਨਾਂ ਦੀਆਂ ਖੜਾਵਾਂ ਜਿਵੇਂ ਉਵੇਂ ਹੀ ਚੱਲੂਗਾ ਕੰਮ, ਚਲੋ ਉਹ ਮੁੜ ਗਏ। ਉਦੋਂ ਹੀ ਉਦੋਂ ਬਾਅਦ ਆਰਡਰ ਕਰਤੇ ਵੀ ਇੱਕਦਮ ਜਿਹੜੀ ਹੈ ਇਹਨਾਂ ਨੂੰ ਘਰ ਤੋਂ ਬਾਅਦ ਦੂਜੇ ਦਿਨ ਹੀ ਵੀ ਚੱਕ ਕੇ ਸਮਾਨ ਟਰੱਕਾਂ 'ਚ ਭਰੋ ਅਤੇ ਬਾਹਰ ਲੈ ਜਾਓ। ਉਹ ਤਾਂ ਗਵਰਨਰ ਜਿਹੜੇ ਸੀ ਉਸ ਵੇਲੇ ਦੇ ਛਿੱਬੜ ਸਾਹਿਬ, ਜਿਨ੍ਹਾਂ ਦੇ ਕੋਲ UT ਵੀ ਅੰਡਰ ਹੁੰਦਾ, ਉਹ ਗਵਰਨਰ ਸਾਹਿਬ ਨੇ ਹੋਮ ਮਿਨਿਸਟਰ ਸਾਹਿਬ ਨਾਲ ਗੱਲ ਕੀਤੀ ਵੀ ਇੱਥੇ ਤਾਂ ਪੁਜੀਸ਼ਨ ਹੋ ਗਈ, ਅਤੇ ਉਹਨਾਂ ਨੇ ਕਿਉਂਕਿ ਉਹ ਕਹਿੰਦੇ ਬਾਹਰ ਪੰਜਾਬ ਦੇ ਜਿਹੜੇ ਘਰ ਸੀ ਅਲੋਟ ਕਰਨ ਵਾਲੇ, ਉਹ ਕਹਿੰਦੇ ਉਹ CM ਨੇ ਕਰਨੇ ਹੁੰਦੇ ਆ, ਉਹ ਕਹਿੰਦੇ ਬਿਲਕੁਲ ਨਹੀਂ ਮੈਂ ਇਹਨਾਂ ਨੂੰ ਕਰ ਦੇਣਾ, ਕੋਈ ਜਾਣ ਜਿੱਥੇ ਮਰਜ਼ੀ। ਅਤੇ ਚੰਡੀਗੜ੍ਹ ਹੋਣ ਕਰਕੇ ਛਿੱਬੜ ਸਾਹਿਬ ਨੇ ਹੋਮ ਮਿਨਿਸਟਰੀ ਤੋਂ ਉਦੋਂ UT ਦਾ ਘਰ ਇੱਕ ਅੱਧਾ ਖਾਲੀ ਕਰਵਾ ਕੇ, ਰਿਟਾਇਰਮੈਂਟ ਹੋਈ ਸੀ ਪੂਨੀ ਸਾਹਿਬ ਦੀ ਚੀਫ ਸੈਕਟਰੀ ਸਾਹਿਬ ਦੀ, ਉੱਥੇ ਸਮਾਨ ਰਖਾਇਆ, ਪਰ ਇਹਨਾਂ ਨੇ ਉਹ ਵੀ ਜਰਿਆ।
ਲੇਕਿਨ ਅਜਿਹਾ ਕਿਉਂ? ਕਿਉਂਕਿ ਬੇਅੰਤ ਸਿੰਘ ਦੇ ਨਾਲ ਦੂਸਰੇ ਨੰਬਰ ਤੇ ਸੀਗੇ ਮਿਸਟਰ ਬਰਾੜ, ਤੇ ਉਸ ਵੇਲੇ ਅਜਿਹਾ ਕੀ ਹੋਇਆ ਕਿ ਇੱਕ ਪਾਸੇ ਉਦੋਂ ਸ਼ਾਇਦ ਸੰਸਕਾਰ ਹੋ ਗਿਆ ਸੀ ਜਾਂ ਹੋਣਾ ਸੀਗਾ, ਜਾਂ ਅਗਲੇ ਦਿਨ ਉਹਨਾਂ ਨੇ ਕਿਹਾ ਕਿ ਜਿਹੜਾ ਖਾਲੀ ਕਰੋ ਘਰ, ਔਰ ਸੰਸਕਾਰ ਹੋ ਗਿਆ ਸੀ, ਭੋਗ ਪੈਣਾ ਸੀ, ਭੋਗ ਪੈਣਾ ਸੀ, ਔਰ ਉਸ ਤੋਂ ਪਹਿਲਾਂ ਹੀ ਕਹਿਤਾ ਕਿ ਘਰ ਖਾਲੀ ਕਰੋ, ਮੈਂ ਸੀਐਮ ਬਣ ਗਿਆ ਔਰ ਨਵਾਂ ਘਰ ਕੋਈ ਨਹੀਂ ਦੇਣਾ। ਨਾ ਉਦੋਂ ਬਾਅਦ ਕੀ ਸੀ ਨਾ ਜੀ, ਦੋ ਨੰਬਰ ਤੇ ਉਹ ਸੀ, ਉਹਨਾਂ ਦੀ ਵੀ ਉਹ ਚੀਫ ਮਿਨਿਸਟਰ ਬਣਨ ਦੀ ਉਹਨਾਂ ਦੀ ਵੀ ਹਮੇਸ਼ਾ ਇੱਛਾ ਸੀ ਇਸ ਗੱਲ ਦੀ, ਤੇ ਥੋੜੇ ਜੇ ਬਸ ਜਿਹੜੇ ਵਰਕਰ ਖੜੇ ਨੇ ਤੇ ਆਪਾਂ ਮਿਲ ਕੇ ਫਿਰ ਦੁਬਾਰਾ ਸ਼ੁਰੂ ਕਰਦੇ ਆ, ਠੀਕ ਹੈ? ਤੇ ਮੈਂ ਕਿਉਂਕਿ ਹਰ ਜਗ੍ਹਾ ਜਿੱਥੇ ਜਿੱਥੇ ਵੀ ਆ ਉਹ ਖੜੇ ਨੇ ਤੇ ਪਿਆਰ ਮਿਲ ਰਿਹਾ। ਠੀਕ, ਬੇਅੰਤ ਸਿੰਘ ਹੋਰਾਂ ਦਾ ਜਦੋਂ ਦੇਹਾਂਤ ਹੁੰਦਾ ਔਰ ਉਸ ਤੋਂ ਬਾਅਦ ਸੀਐਮ ਨਵੇਂ ਬਰਾੜ ਬੰਦੇ ਨੇ ਔਰ ਘਰੋਂ ਬਾਹਰ ਕਰ ਦਿੱਤਾ ਜਾਂਦਾ, ਇਹ ਨਹੀਂ ਗੱਲ, ਉਹ ਤਾਂ ਹੋਇਆ ਹੀ ਹੋਇਆ। ਫਿਰ ਸਨ ਆਫ ਇੰਡੀਆ ਅਵਾਰਡ ਸਪੀਕਰ ਸਾਹਿਬ ਨੇ ਦੇਣਾ ਸੀਗਾ ਉਸ ਵੇਲੇ ਦੇ, ਤੇ ਦਾਦੀ ਜੀ ਨੂੰ ਤੇ ਸਾਨੂੰ ਸਾਰੇ ਪਰਿਵਾਰ ਨੂੰ ਅਸੀਂ ਗਏ, ਦਿੱਲੀ ਜਾਣਾ ਸੀ। ਉਹ ਜਦੋਂ ਪਹੁੰਚੇ ਤਾਂ ਸੀਐਮ ਉਸ ਵੇਲੇ ਦੇ ਨੇ ਹੁਕਮ ਕੀਤਾ ਹੋਇਆ ਵੀ ਪੰਜਾਬ ਭਵਨ ਇੱਕ ਨੰਬਰ ਕਮਰਾ, ਤਾਂ ਬਹੁਤ ਦੂਰ ਦੀ ਗੱਲ ਆ, ਪੌੜੀਆਂ ਤੇ ਰਾਜਵੰਤ ਸਿੰਘ, ਮੈਨੂੰ ਅੱਜ ਨੌ ਵੀ ਯਾਦ ਆ, ਰਾਜਵੰਤ ਸਿੰਘ ਉਸ ਵੇਲੇ ਆਈਪੀਐਸ, ਇੱਕ ਡਾਕਟਰ ਰਾਜਵੰਤ ਸਿੰਘ ਉਸ ਵੇਲੇ ਡੀਆਈਜੀ ਏਆਈਜੀ ਦੀ ਪੋਸਟ ਤੇ ਸੀ, ਉਹਨਾਂ ਨੂੰ ਗੇਟ ਤੇ ਖੜਾ ਕੀਤਾ ਪੰਜਾਬ ਭਵਨ ਚ ਵੀ ਇਹਨਾਂ ਨੂੰ ਐਂਟਰ ਨਹੀਂ ਹੋਣ ਦੇਣਾ। ਉਸ ਵੇਲੇ ਜਦੋਂ ਅਸੀਂ ਮਹਿਕਮਿਆਂ ਦੇ ਅੱਗੇ ਉੱਥੇ ਨਹੀਂ ਗਏ, ਨਾਭਾ ਹਾਊਸ ਸੀ, ਉਸ ਵੇਲੇ ਦੇ ਮੰਤਰੀ ਪੀਡਬਲਿਊਡੀ ਮਿਨਿਸਟਰ ਸੀ ਜਿਹੜੇ, ਉਹ ਉੱਥੇ ਖੜੇ ਵੀ ਬਿਲਕੁਲ ਵੜਨ ਨਹੀਂ ਦੇਣਾ। ਦੂਜੇ ਪਾਸੇ ਇੱਕ ਹੋਰ ਛੋਟਾ ਜਿਹਾ ਗੈਸ ਹੋਈ ਸਕਿਉਰਿਟੀ ਕਰਕੇ, ਕਿਉਂਕਿ ਕਿਸੇ ਹੋਰ ਤਾਂ ਜਾ ਨਹੀਂ ਸਕਦੇ ਸੀ, ਤੇ ਉਹ ਬੰਦ। ਫਿਰ ਉਸ ਵੇਲੇ ਪਬਲਿਕ ਹੈਲਥ ਦਾ ਮਹਿਕਮਾ ਬਿੱਟਾ ਸਾਹਿਬ ਕੋਲ ਸੀ, ਐਮ ਐਸ ਬਿੱਟਾ ਜੀ ਕੋਲ, ਤਾਂ ਹੀ ਐਵੇਂ ਨਹੀਂ ਸਤਿਕਾਰ ਕਰੀਦਾ। ਬਿੱਟਾ ਜੀ ਦੇ ਜਦੋਂ ਥੋੜੇ ਜੇ ਉਹ ਵੀ ਦੋ ਕਮਰਿਆਂ ਵਾਲਾ, ਉਹਨਾਂ ਦਾ ਉੱਥੇ ਜਦੋਂ ਗਏ, ਉਹਨਾਂ ਦਾ ਜਿਹੜਾ ਉੱਥੇ ਪੀਅਨ ਸੀ ਉੱਥੇ, ਉਹਨੇ ਇਕਦਮ ਦੱਸਿਆ, ਲੈਂਡਲਾਈਨ ਟੈਲੀਫੋਨ ਮੋਬਾਈਲ ਨਹੀਂ ਹੁੰਦੇ ਸੀ ਉਦੋਂ, ਬਿੱਟਾ ਜੀ ਦੇ ਘਰੇ ਵੀ ਜੀ ਉਹਨਾਂ ਦੀ ਫੈਮਿਲੀ ਆਈ ਖੜੀ ਆ, ਐ ਕਰਕੇ ਕਿਤੇ ਵੜ ਨਹੀਂ ਦਿੱਤਾ ਜਾ ਰਿਹਾ, ਤੇ ਹੁਣ ਇੱਥੇ ਆ। ਉਹ ਕਹਿੰਦੇ ਤੂੰ ਜਦ ਜਲਦੀ ਤੋਂ ਜਲਦੀ ਖੋਲ, ਮੈਂ ਆਉਣਾ। ਉਹਨਾਂ ਨੇ ਆ ਕੇ ਨਹੀਂ, ਸ਼ਾਇਦ ਹੋਰ ਮਿਨਿਸਟਰ ਭੇਜ ਕੇ ਉਹਨਾਂ ਨੂੰ ਵੀ ਉੱਥੋਂ ਬੰਦ ਕਰਵਾ ਦਿੰਦੇ, ਪਰ ਉਹ ਇੱਕਦਮ ਉਹ ਆਏ, ਉਹਨਾਂ ਨੇ ਆਪਣੀ CRP ਆ ਜਿਹੜੀ ਉਹ ਘਰੋਂ ਲੈ ਕੇ, ਜਿਹੜੀ ਉਹਨਾਂ ਦੇ ਪੋਸਟ ਸੰਤਰੀ ਲੱਗੇ ਸੀ ਉਹ ਖੜੇ ਕੀਤੇ। ਤੇ ਇਹ ਤਾਂ ਇਹੋ ਜਿਹੇ ਜਿਹੜੇ ਆ ਇਹ ਕੰਮ ਕਰਦੇ ਆ। ਲੇਕਿਨ ਕਾਂਗਰਸ ਦੇ CM ਦਾ ਕਤਲ ਹੋ ਜਾਂਦਾ ਵਾ, ਗੱਡੀ ਦੇ ਨਾਲ ਉਡਾ ਦਿੱਤਾ ਜਾਂਦਾ, ਔਰ ਨਵਾਂ CM ਜਿਹੜਾ ਬਣਦਾ ਵਾ ਉਹ ਪੂਰੇ ਪਰਿਵਾਰ ਨੂੰ ਵੀ ਖਤਰਾ ਵਾ, ਔਰ ਉਸ ਵੇਲੇ ਪਰਿਵਾਰ ਦੇ ਨਾਲ ਇਸ ਤਰੀਕੇ ਨਾਲ ਕਰਨਾ, ਮੈਨੂੰ ਲੱਗਦਾ ਇਨਸਾਨੀਅਤ 'ਚ ਕੋਈ ਵੀ ਨਹੀਂ ਕਰਦਾ। ਇਹ ਕੋਈ ਨਿੱਜੀ ਦੁਸ਼ਮਣੀ ਸੀਗੀ ਜਾਂ ਬੇਅੰਤ ਸਿੰਘ ਹੋਰਾਂ ਨੇ ਉਸ ਵੇਲੇ ਕੁਛ ਉਹਨਾਂ ਨਾਲ ਅਜਿਹਾ ਕੀਤਾ ਸੀ ਜੋ ਪਰਿਵਾਰ ਨਾਲ ਦੁਸ਼ਮਣੀ ਕੱਢੀ ਗਈ, ਜਾਂ ਕੀ ਵਜ੍ਹਾ ਸੀਗੀ? ਇਹ ਤਾਂ ਤੁਸੀਂ ਰਿਕਾਰਡ ਤੇ ਦੇਖ ਸਕਦੇ ਹੋ, ਅੱਗੇ ਤਾਂ ਪੋਲੀਟੀਸ਼ੀਅਨ ਜਿਹੜੇ ਸੀਗੇ ਨਾ ਜੀ, ਕੋਈ ਉਹਨਾਂ ਦੀ ਕੋਈ TV ਨਹੀਂ ਹੁੰਦੇ ਸੀ, ਕੋਈ ਕਿਤੇ ਇੱਕ ਦੂਜੇ ਦੇ ਉਲਟ ਬੋਲਣਾ ਜਾਂ ਨਾ ਕਰਨਾ, ਸਿਰਫ ਉਹ ਇੰਨੀ ਚਾਹਨਾ ਸੀ, ਉਹ ਬੜੇ ਵੱਡੇ ਤੁਹਾਨੂੰ ਪਤਾ ਫੈਮਿਲੀ ਆ, ਉਹਨਾਂ ਦੀ ਇਹ ਚਾਹਨਾ ਸੀ ਵੀ ਮੈਂ ਚੀਫ ਮਿਨਿਸਟਰ ਬਣਾ, ਤੇ ਉਹ ਨਹੀਂ ਬਣੇ ਤੇ ਸਰਦਾਰ ਬੇਅੰਤ ਸਿੰਘ ਜੀ ਨੂੰ ਹਾਈ ਕਮਾਂਡ ਨੇ ਬਣਾਇਆ ਵੀ ਇਹ ਅਮਨ ਸ਼ਾਂਤੀ ਕਰ ਸਕਦੇ ਆ। ਉਹਨਾਂ ਦੇ ਮਨ ਚ ਇਹੀ ਜਿਹੜੀ ਭਾਵਨਾ ਸੀ, ਹਜੇ ਕਿ ਉਹਨੂੰ ਤਾਂ ਮਿਲ ਵੀ ਗਈ ਚੀਫ ਮਿਨਿਸਟਰੀ, ਫਿਰ ਜਾਂ ਤਾਂ ਹੋਵੇ ਨਾ ਵੀ ਚੀਫ ਮਿਨਿਸਟਰੀ, ਉਹ ਤਾਂ ਚਲੇ ਗਏ, ਹੁਣ ਤੁਸੀਂ ਉਹ ਚਲਾਉਣੀ ਹੈ ਚੀਫ ਮਿਨਿਸਟਰੀ। ਕਹਿ ਰਹੇ ਸਿਆਸੀ ਕਿਹੜ ਕੱਢੀ ਉਹਨਾਂ ਨੇ, ਕਿਉਂਕਿ ਕਈ ਸਮੇਂ ਤੋਂ ਰੱਖੀ ਹੋਈ ਸੀ ਉਹਨਾਂ ਦੇ ਮਨ ਇਹ। ਮੈਂ ਦੇਖੋ ਇਹ ਮੈਨੂੰ ਕੋਈ ਜ਼ਿਆਦਾ ਇਸ ਬਾਰੇ ਕਲੈਰਿਟੀ ਨਹੀਂ ਗੀ, ਕਿਉਂਕਿ ਇਹੋ ਜਿਹੀ ਕਿੜ ਵਾਲੀ ਗੱਲ ਜਾਂ ਜਿੱਦ ਵਾਲੀ ਕੋਈ ਗੱਲ ਹੈ ਹੀ ਨਹੀਂ ਸੀ, ਕਿਉਂਕਿ ਸਰਕਾਰ ਤਾਂ ਪਰਿਵਾਰ ਤਾਂ ਉਦੋਂ ਡਰਿਆ ਹੋਣਾ ਕਿ ਅਗਲਾ ਟਾਰਗੇਟ ਕੌਣ ਹੋਏਗਾ। ਰੋਜ਼ ਸਕਿਉਰਿਟੀ ਏਜੰਸੀਜ਼ ਇਹ ਕਹਿ ਰਹੀ ਸੀ ਵੀ ਤੁਹਾਨੂੰ ਅੜਾ ਦੇਣਾ ਹੈ, ਤੇ
ਉਹਨਾਂ ਨੂੰ ਉਹਨਾਂ ਨੂੰ ਕਰ ਦਿੱਤਾ ਹੈ ਸਮਾਪਤੀ ਉਹਨਾਂ ਦੀ ਵੀ ਤੁਹਾਡੇ ਪਰਿਵਾਰ ਦੀ ਕਰਨੀ ਆ। ਪਰ ਮੈਂ ਕਹਿੰਦਾ ਐਸੀਆਂ ਗੱਲਾਂ ਚੋਂ ਬੰਦਾ ਨਿਕਲ ਕੇ ਆਉਂਦਾ। ਪਰ ਉਦੋਂ ਤੁਸੀਂ ਕਾਂਗਰਸ ਨਹੀਂ ਛੱਡੀ? ਨਾ ਨਾ, ਇੰਨੀ ਔਖੀ ਫੇਸ ਸੀ, ਇੰਨਾ ਮੁਸ਼ਕਲ ਸੀ। ਨਹੀਂ ਨਹੀਂ, ਕਾਂਗਰਸ ਛੱਡਣ ਦਾ ਤਾਂ ਮਤਲਬ ਵੀ ਕੋਈ ਰਾਈਜ਼ ਨਹੀਂ ਹੁੰਦਾ। ਉਦੋਂ ਤੋਂ ਬਾਅਦ ਤਾਂ ਮਤਲਬ ਤੁਸੀਂ ਅੰਦਾਜ਼ਾ ਲਾ ਲਓ ਅੱਜ 2024 ਹੋ ਗਏ, ਉਹ ਤਾਂ ਉਦੋਂ ਬਾਅਦ ਤਾਂ ਪੀੜ੍ਹੀਆਂ ਬਦਲ ਗਈਆਂ ਉਸ ਗੱਲ ਨਾਲ। ਕਾਂਗਰਸ ਲਈ ਤਾਂ ਕੀ ਕੁਛ ਨਹੀਂ ਕੀਤਾ, ਕਿ ਕੋਈ ਕਮੀ ਛੱਡੀ ਨਹੀਂ ਕਦੇ ਕਾਂਗਰਸ ਖਾਤਰ। ਹੁਣ ਕਾਂਗਰਸ ਤਾਂ ਮੈਂ ਫੇਰ ਤੁਹਾਨੂੰ ਕਹਿਣਾ ਵੀ ਕਾਂਗਰਸ ਮਾੜੀ ਨਹੀਂ ਗੀ, ਕਾਂਗਰਸ ਦੇ ਲੀਡਰ ਮਾੜੇ ਹੋ ਗਏ, ਕਾਂਗਰਸ ਦੇ ਲੀਡਰ ਮਾੜੇ ਹੋ ਗਏ। ਉਹਨਾਂ ਦੇ ਖੁਲਾਸੇ ਜਿਹੜੇ ਆ ਉਹ ਤੁਸੀਂ ਵੀ ਕਰਦੇ ਰਹਿੰਦੇ ਆ, ਅੱਗੇ ਵੀ ਹੋਰ ਚੀਜ਼ਾਂ ਜਿਹੜੀਆਂ ਉਹ ਤੁਹਾਡੇ ਮੂਹਰੇ ਰੱਖਾਂਗੇ।